सो एक बड़ी ही दुखदाई खबर निकल के सामने आई जिथे 42 लोगों की मौत हो गई। असल दो नंबर के डोंकी लगा के अमेरिका में दाखिल होने की कोशिश कर रहे थे। एक ट्रैक्टर ट्रेलर के सवार थे ते अमेरिका की एक स्टेट आ टैक्सस जिथे बहुत ज़्यादा गर्मी हीट पैंदी आ। सो कहा जा रहा है कि उस ट्रेलर के टोटल 60 तो 62 जिहड़े सीगे डोंकी लगा रहे इंसान वो सीगे ते जिन्हां दे विचों 15 ਨੂੰ ਹਸਪਤਾਲ ਦੇ ਵਿੱਚ ਹੁਣ ਦਾਖਲ ਕਰਾਇਆ ਗਿਆ ਅਤੇ ਵਿੱਚੋਂ 42 ਤੋਂ ਲੈ ਕੇ 46 ਬੰਦੇ ਜਿਹੜੇ ਸੀਗੇ ਉਹ ਦਮ ਤੋੜ ਗਏ ਆ ਟ੍ਰੇਲਰ ਦੇ ਵਿੱਚ ਇਹ ਗਰਮੀ ਦੇ ਕਾਰਨ। ਸੋ ਇਹਨਾਂ ਦੇ ਵਿੱਚ ਕੁਝ ਕੁ ਬੱਚੇ ਵੀ ਸ਼ਾਮਿਲ ਆ, ਯਾਨੀ ਕਿ ਪੂਰੀਆਂ ਫੈਮਲੀਆਂ ਹੀ ਦੋ ਨੰਬਰ ਦੇ ਵਿੱਚ ਉੱਧਰ ਜਾ ਰਹੀਆਂ ਸੀਗੀਆਂ, ਜਿੱਥੇ ਕਿ ਇਹ ਬਹੁਤ ਹੀ ਦੁਖਦਾਈ ਖਬਰ ਤਾਂ ਹੈ ਹੀ ਪਰ ਇੱਕ ਵਾਰਨਿੰਗ ਵੀ ਉਹਨਾਂ ਲੋਕਾਂ ਲਈ ਜੋ ਦੋ ਨੰਬਰ ਦੇ ਵਿੱਚ ਇਸ ਤਰ੍ਹਾਂ ਡੋਂਕੀ ਲਾ ਕੇ ਅਮੈਰੀਕਾ ਜਾਂਦੇ ਨੇ। ਇੱਕ ਤਾਂ ਪੈਸੇ ਦਾ ਨੁਕਸਾਨ, ਇੱਕ ਬੰਦਾ ਹੀ ਇਸ ਦੁਨੀਆ ਦੇ ਉੱਤੇ ਨਹੀਂ ਰਹਿੰਦਾ। ਸੋ ਤੁਸੀਂ ਹੋਰ ਕੋਈ ਕੰਮ ਇੱਥੇ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਅਮੈਰੀਕਾ ਹੀ ਇੱਕ ਵਧੀਆ ਲਾਈਫ ਤੁਹਾਨੂੰ ਦੇ ਸਕਦਾ।